ਪਿਆਰ ਸਾਹਿਬ ਕਈ ਵਜੇ ਹੈ ਬਾਹੂ ਪਹਿਲਵਾਨ ਜੀ ਦਾ ਸ਼੍ਰੀ ਖੇਡਦਾ ਹੈ। ਅੱਜ ਦੀ ਫਾਈਨਲ ਕੁਸ਼ਤੀ ਜਿਹੜੀ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਸ਼ੁਰੂ ਹੋਣ ਚੱਲੀ ਹੈ। 15 ਮਿੰਟ ਦਾ ਖੁੱਲਾ ਸਮਾਂ ਹੈ ਜੀ ਕੁਸ਼ਤੀ ਦਾ, ਇਹ ਨੋਟ ਕਰਿਓ, 15 ਮਿੰਟ ਦਾ ਖੁੱਲਾ ਸਮਾਂ। ਜੇ ਗੱਲ ਕਰੀਏ ਵੀ 9 ਅਪ੍ਰੈਲ ਸਮਾਂ ਜੰਮੂ ਦੀ ਧਰਤੀ ਦਾ ਵੱਡਾ ਕੁਸ਼ਤੀ ਦੰਗਲ ਹੋਣਾ ਹੈ, ਜਿੱਥੇ ਮਾਨੋ ਪਹਿਲਵਾਨ ਦਈਆ ਬਿਨਿਆ ਜੰਮੂ ਮਿਰਜ਼ਾ ਪਹਿਲਵਾਨ ਇਰਾਨ ਆਰ ਨਾਲੀ ਮਿਰਜ਼ਾ ਪਹਿਲਵਾਨ ਤੇਰਾ ਬਾਬਾ ਨਾਨਕ ਆਰ ਨਾਲੀ ਪਾਲਾ ਰਫੀਕ ਮਹਾਰਾਸ਼ਟਰ ਤੇ ਸਮੀਰ ਸ਼ੇਖ ਮਹਾਰਾਸ਼ਟਰ ਆਰ ਹੋਰ ਵੀ ਚੋਟੀ ਦੇ ਵੱਲ ਪੁੱਜ ਰਿਹਾ। ਨੋਟ ਕਰਦੇ ਆਈਏ, 9 ਅਪ੍ਰੈਲ ਸਮਾਂ ਜੰਮੂ ਦੀ ਧਰਤੀ ਤੇ ਲੱਗਣੀਆਂ ਲਾਈਵ ਚਲੇ ਗਿਆ ਪੰਜਾਬੀ ਲਾਈਵ ਟੀਵੀ .com ਦੇ ਵੀ ਨੋਟ ਕਰਦੇ ਆਇਓ। 7 ਤਰੀਕ ਬੰਦਵਾੜੇ ਦੇ ਦੰਗਲ ਦੀ ਤਰੀਕ ਹੋਏਗੀ, 8 ਤਰੀਕ ਭੋਰ, 9 ਤਰੀਕ ਸਮਾਂ ਦੇ, 10 ਤਰੀਕ ਰਾਇਪੁਰ ਰਾਈਆਂ, ਪਰ ਨਾਲ ਹੀ 21 ਤਰੀਕ ਸਵੇਰੇ ਦੇ ਦੰਗਲ ਦੀ ਤਰੀਕ ਹੋਏਗੀ, ਪਰ 23 ਤਰੀਕ ਦਿੱਲੀ ਦਾ ਦੰਗਲ ਹੋਏਗਾ। ਇਹ ਆਉਣੇ ਵਾਲੇ ਦੰਗਲ ਹੈ। ਵਾਹ ਜੀ ਵਾਹ। ਚਲੋ ਬਈ, ਸਵਰਗੀ ਜੱਸਾ ਪਹਿਲਵਾਨ ਜੀ ਦੇ ਮਾਤਾ ਕੁਲਦੀਪ ਕੌਰ ਜੀ ਨੂੰ 1000 ਰੁਪਏ ਕੁਸ਼ਤੀ ਜੇਤੂ ਪਹਿਲਵਾਨ ਦੇ ਲਈ ਹੈ। ਗਰਮੀਤ ਪਹਿਲਵਾਨ ਸਿਲਵਾ ਸੰਪਰਕ ਬਣਾਇਓ। ਗੁਰਪ੍ਰੀਤ ਇੰਗਲੈਂਡ, ਗੁਰਜੀਤ ਸਿੰਘ ਸਰਪੰਚ ਤਾਂਦਰਾ, ਦੇਵੀ ਤਾਂਦਰਾ ਬਲਾਕ ਸਮਿਤੀ ਮੈਂਬਰ, ਗੁਰਮੀਤ ਭੋਲਾ ਤਾਂਦਰਾ, ਭਰਪੂਰ ਸਿੰਘ ਤਾਂਦਰਾ, ਨਵੀ ਤਾਂਦਰਾ, ਹਰਦੀਪ ਤਾਂਦਰਾ ਜਿਹਨਾਂ ਵੱਲੋਂ 1000 ਰੁਪਏ ਪਿੰਟ ਬਾਲ ਦੇ ਲਈ ਪੁੱਜੀਆਂ, 200 ਰੁਪਏ ਦੇ ਵੱਡੇ ਬਾਂਸਮਾਨ ਇਹਨਾਂ ਬੋਲਾਂ ਦੇ ਲਈ ਪੁੱਜੇ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹੈ। ਚਲੋ ਜੀ, ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਮਹਿਮਾਨ, ਜਿੰਨੇ ਵੀ ਪਹਿਲਵਾਨ ਵੀ ਪੁੱਜੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨੇ ਵੀ ਸਾਡੇ ਉਧਰ, ਬਹੁਤ ਬਹੁਤ ਧੰਨਵਾਦ। ਪ੍ਰਿੰਸੀਪਲ ਇੱਧਰ ਨੂੰ ਆਈ, 2 ਕਦਮ ਅੱਗੇ ਨੂੰ ਆ ਜੀ, ਆਜਾ ਕਾਕੇ ਇੱਧਰ ਨੂੰ ਆਜਾ। ਬਹੁਤ ਬਹੁਤ ਧੰਨਵਾਦ ਕਰਦਾ ਭਰਾਵਾਂ ਦਾ, ਉਧਰ ਕਾਕਾ ਟੰਡਾ ਵੀਰ, ਨਾਲ ਹੀ ਬਹੁਤ ਬਹੁਤ ਧੰਨਵਾਦ ਸੈਂਡੀ ਵਿਰਕ ਗੋਰੀ ਬਰਾੜ। ਬਹੁਤ ਬਹੁਤ ਧੰਨਵਾਦ ਕਰਦਾ ਭਰਾਵਾਂ ਦਾ, ਲਵ ਕਾਕਾ ਟੰਡਾ, ਸੈਂਡੀ ਵਿਰਕ ਗੋਰੀ ਬਰਾੜ, ਅਭਿਸ਼ੇਕ ਬੈਨੋਦ ਤੇ ਨਾਲੀ ਰਾਜਾ ਸੰਧੂ, ਸਾਰੇ ਭਰਾਵਾਂ ਵੱਲੋਂ 5500 ਰੁਪਇਆ ਪ੍ਰਿੰਸੀਪਲ ਫਗਵਾੜੇ ਦਾ ਮਾਨ ਕੀਤਾ ਗਿਆ। ਬਹੁਤ ਬਹੁਤ